ਅੰਮ੍ਰਿਤਸਰ ਦੇ ਕਸਬਾ ਚਗਾਵਾਂ ਵਿਖੇ ਵੀ ਸਵਾਈਨ ਫਲੂ ਕਰਕੇ ਇੱਕ ਨੌਜਵਾਨ ਦੀ ਮੌਤ ਹੋਈ ਹੈ। ਗਰੀਬ ਕਿਸਾਨ ਦਿਲਬਾਗ ਸਿੰਘ ਪੁੱਤਰ ਮਹਿੰਦਰ ਸਿੰਘ ਵਿੱਚ ਸਵਾਈਨ ਫਲੂ ਦੇ ਲੱਛਣ ਮਿਲੇ ਤਾਂ ਉਸ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ 'ਚ ਲਿਜਾਇਆ ਗਿਆ, ਪਰ ਉੱਥੇ ਸਵਾਈਨ ਫਲੂ ਦਾ ਇਲਾਜ ਨਾ ਹੋਣ ਕਰਕੇ ਬਾਅਦ ਵਿੱਚ ਉਸ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਾਉਣਾ ਪਿਆ, ਜਿੱਥੇ ਉਸ ਦੀ ਮੌਤ ਹੋਈ ਹੈ। ਪਿੰਡ ਦੇ ਮੁਅਤਬਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਵਾਈਨ ਫਲੂ ਵਰਗੀ ਭਿਆਨਕ ਬਿਮਾਰੀ ਦਾ ਇਲਾਜ ਦਾ ਜਲਦ ਪ੍ਰਬੰਧ ਕੀਤਾ ਜਾਵੇ। ਪ੍ਰਸ਼ਾਸਨ ਕੋ ਮੰਗ ਕਰਦੇ ਕਿ ਬੜਾ ਗਰੀਬ ਪਰਿਵਾਰ ਹੈ, ਜੋ ਵੀ ਇਹਦੀ ਸਹਾਇਤਾ ਕੀਤੀ ਜਾਂਦੀ ਪ੍ਰਸ਼ਾਸਨ ਕਿਰਪਾ ਕਰੇ। ਬੜੀ ਵੱਡੀ ਬੇਟੇ ਨੂੰ ਦੇਣ, ਜੇ ਪ੍ਰਸ਼ਾਸਨ ਕੋਈ ਵੀ ਕਿਸੇ ਕਿਸਮ ਦੀ ਮਦਦ ਕਰਦਾ ਵਾ ਤੇ ਉਹ ਬੇਟੇ ਵਾਸਤੇ ਬਹੁਤ ਵੱਡੀ ਗੱਲ ਹੈ। ਹਾਂ, ਇਹੋ ਜਿਹਾ ਇਲਾਜ ਹੋਣਾ ਚਾਹੀਦਾ ਵਾ ਇਹਦੇ ਬਾਰੇ, ਕਿਰਪਾ ਕਰ ਡੀ ਸੀ ਸਾਹਿਬ, ਜੋ ਵੀ ਕਿਸੇ ਵੱਲੋਂ ਮਰਦੀ ਗੱਲ ਉਹਦੀ ਬਣਾ ਕੇ ਤਾਂ ਇਲਾਜ ਜ਼ਰੂਰ ਕਰਾਉਣ, ਕਿਉਂਕਿ ਕਿਸ ਤਰ੍ਹਾਂ ਕਿਸੇ ਦੀ ਹੋਰ ਨਾ ਗਾਹ ਨਾ ਕਿਸੇ ਦੀ ਕੋਸ਼ਿਸ਼ ਕਰੋ। ਕਿੰਨੀਆਂ ਮੌਤਾਂ ਹੋ ਚੁੱਕੀਆਂ ਅੱਜ ਤੱਕ ਤਕਰੀਬਨ? ਚਲੋ ਅਸੀਂ ਪਹਿਲਾਂ ਸੁਣੀਆਂ, ਟੀਵੀ 'ਤੇ ਸੁਣਦੇ ਰਹੇ ਹਾਂ, ਪਰ ਸਾਡੇ ਘਰ ਤੋਂ ਇਹ ਹੋਈ, ਸਾਨੂੰ ਬੜੀ ਦੁੱਖ ਵਾਲੀ ਗੱਲ ਲੱਗੀ ਆ ਵੀ ਮਹਾਰਾਜ ਕਿਰਪਾ ਕਰੇ ਗਾਹ ਨਾ ਕਿਸੇ ਦੇ ਘਰ ਹੋਏ, ਇਹਦੇ ਬਾਰੇ ਕੋਈ ਜਿਹੜਾ ਇਲਾਜ ਬਣਦਾ ਉਹ ਹੋਣਾ ਚਾਹੀਦਾ। ਬਿਊਰੋ ਰਿਪੋਰਟ, ਪੰਜਾਬ ਟੂਡੇ।